ਲੋਕਾਂ ਸਾਰੀ ਉਮਰ ਇਲੈਕਸ਼ਨ ਕੀਤੇ ਜਾਇਦਾਦਾਂ ਬੜਾਈ ਸਾਰਾ ਕੁਝ ਕੀਤਾ ਔਰ ਮੈਂ ਸਾਰੀ ਉਮਰ ਜਾਇਦਾਦਾਂ ਵੇਚੀ ਲੇਕਿਨ ਮੈਂ ਆਪਣੀ ਕੌਮ ਦੇ ਸਿਰ ਤਲਾ ਨਾ ਦਿੱਤਾ ਅੱਜ ਦਾ ਫਜ਼ਲ ਹੈ ਅਗਰੋਬ ਵੀ ਮੁਤਫਿਕ ਹੋ ਮੁਤਹਿਦ ਹੋ ਰਿਹਾ ਹੈ ਔਰ ਤਰੋ ਤਨੋਲੇ ਵੀ ਲੋਕ ਮੈਨੂੰ ਸਵਾਲ ਭੇਜਦੇ ਨੇ ਮੈਂ ਫੋਨ ਕਰਦੇ ਖਾਨ 10 ਕਸ ਕੋ ਵੋਟ ਦੇਵਾਂ ਪਤਲੀ ਬੱਚੋ ਫੋਨ ਆਉਂਦੇ ਨੇ ਸਾਰਾ ਡਾਕਾ ਵਾਲੇ ਪ੍ਰਾਮ ਬੜੇ ਇਸਰਾਰ ਕਰਦੇ ਨੇ ਕਿ ਖਾਨ ਤੂੰ ਆ ਉਥਾ ਅਸੀਂ ਤੂੰ ਦੇਖਣਾ ਚਾਹੁੰਦੇ ਹਾਂ ਕੱਲਾ ਆਦਮੀ ਸਿਆਸਤ ਨਹੀਂ ਕਰਦਾ ਔਰ ਮੈਂ ਸਿਰਫ ਔਰ ਸਿਰਫ ਸਿਆਸਤ ਇਸ ਵਾਸਤੇ ਸ਼ੁਰੂ ਕੀਤੀ ਕਿ ਲੋਕਾਂ ਮੜੇ ਸਿਰਾਂ ਦਾ ਪਟਕਾ ਪਤਾ ਔਰ ਇੱਕ ਜ਼ਿੰਮੇਵਾਰੀ ਬਦੀ ਕਿ ਭਈ ਤੂੰ ਕੌਮ ਦਾ ਖਾਵੇਂ ਤੂੰ ਕੌਮ ਦੀ ਜ਼ਿੰਮੇਵਾਰੀ ਸੰਭਾਲ ਸੀ ਉਸ ਜ਼ਿੰਮੇਵਾਰੀ ਦੀ ਖਾਤਰ ਮੈਂ ਬੱਚੇ ਵੀ ਛੋੜੇ ਔਰ ਮੈਂ ਟਾਕੇ ਵੀ ਫਿਰਦਾ ਤੇ ਮੈਂ ਕੁਥਾ ਕੁਥਾ ਫਿਰਦਾ ਔਰ ਮੈਂ ਆਪਣੀ ਜਾਇਦਾਦਾਂ ਵੇਚ ਕੇ ਲੱਗੇਦਾ ਲੇਕਿਨ ਮੈਂ ਕੌਮ ਦਾ ਸਿਰ ਨਾ ਸਿਰਫ ਤਲਾਉਣਾ ਦਿੱਤਾ ਬਲਕਿ ਆਪਣੇ ਸਿਰਾਂ ਦਾ ਸੋਢੇ ਖਾਦਨ ਔਰ ਕੌਮ ਕੋ ਤਾਫਸ ਫਰਾਮ ਕੀਤਾ ਕਹਿਣਾ ਅਗਨਾ ਉਹ ਵਕ ਅੱਲਾ ਸੁਣ ਦਿੱਤਾ ਔਰ ਸਿਰਫ ਇਸ ਵਾਸਤੇ ਦਿੱਤਾ ਹੈ ਕਿ ਮੈਂ ਕੁਦਨੀ ਬੜੀ ਕੌਮ ਦਿੱਤੀ ਹੈ ਉਸ ਘਰ ਵਿੱਚ ਸਮਾਣ ਵਾਸਤੇ ਤੁਸੀਂ ਉਸ ਘਰ ਵਿੱਚ ਆਓ ਉਹ ਤੁਸ ਦਾ ਘਰ ਹੈ ਤੁਸ ਦੀ ਇੱਜ਼ਤ ਹੈ ਔਰ ਇਨਸ਼ਾਅੱਲਾ ਉਸ ਘਰ ਤੁਸ ਨਾਲ ਕੋਈ ਜ਼ੁਲਮ ਨਾ ਹੋਸੀ ਜ਼ਾਤੀ ਨਾ ਹੋਸੀ ਕੂੜ ਨਾ ਹੋਸੀ ਫਰਾਡ ਨਾ ਹੋਸੀ ਤੁਸਾਂ ਕੋ ਨਹਿਰੇ ਵੀ ਨਾ ਰੱਖਿਆ ਤੁਸੀਂ ਔਰ ਜੋ ਗੱਲ ਹੋਸੀ ਸਾਫ਼ ਹੋਸੀ ਅੱਜ ਤੁਸੀਂ ਇਤਫਾਕ ਨਾਲ ਇਕੱਠੇ ਹੋ ਗਏ ਹੋ ਇਨਸ਼ਾਅੱਲਾ ਬੜੀ ਗੱਲ ਨਾ ਕਰਦਾ ਜ਼ਿੰਦਗੀ ਮੌਤ ਦਾ ਨਹੀਂ ਪਤਾ ਲੱਗਦਾ ਮੈਂ ਬੜੇ ਬੜੇ ਐਲਾਨਾਤ ਕਦੇ ਨਹੀਂ ਕੀਤੇ ਕਿਉਂਕਿ ਇਸ ਤੇ ਫੰਡ ਬੜੇ ਮਹਦੂਦ ਹੁੰਦੇ ਨੇ ਔਰ ਅੱਜ ਕੱਲ੍ਹ ਤੇ ਆਸਨ ਲੋਕ ਆਸਨ ਇਹ ਵੀ ਮਨਜ਼ੂਰ ਤੇ ਉਹ ਵੀ ਮਨਜ਼ੂਰ ਮੇਰਾ ਵੀ ਆਨੇ ਸੋਚਿਆ ਸੀ ਕਿ ਇਹਨਾਂ ਪਿੱਛਾ ਵਾਜਦ ਮੜੇ ਇਨਸ਼ਾਅੱਲਾ ਆਸੀ ਮੈਂ ਤਾਂ ਆਪਣੇ ਜ਼ਿਹਨ ਵਿੱਚ ਸੋਚਿਆ ਸੀ 2-1 ਲੱਖ ਰੁਪਏ ਬਲਡੋਜ਼ਰ ਮਾਰਸਾ ਬ੍ਰਾਹਮਣਾ ਮਗਨੀ ਛੋੜਦਾ ਆਸਤੇ 5 ਕਿਲੋ ਘਾਟ ਨਹੀਂ ਕਰਨਾ ਤੇ ਇਨਸ਼ਾਅੱਲਾ ਲੇਕਿਨ ਮੈਂ ਇਲੈਕਸ਼ਨ ਕਰਦਾ ਵੋਟਾਂ ਤਾਂ ਨਾ ਕਰਦਾ ਮੈਂ ਆਪਣੀ ਸਾਫ਼ ਨੀਅਤ ਨਾਲ ਇਲੈਕਸ਼ਨ ਕਰਦਾ ਔਰ ਅੱਲਾ ਮੈਂ ਤੋ ਸਾਫ਼ ਨੀਅਤ ਨਾਲ ਹਮੇਸ਼ਾ ਸੀਟ ਦੇਣੇ ਲੇਕਿਨ ਦੁੱਖ ਇਸ ਗੱਲ ਦਾ ਕਿ ਮੈਂ ਗਰੋਂ ਹਾਰਦਾ ਔਰ ਪਰੋ ਸਰਦਾਰ ਸਾਹਿਬ ਬੋਰੀਆਂ ਭਰ ਕੇ ਮੈਂ ਵੋਟ ਦੇਣੇ ਅਸੈਂਬਲੀ ਮੈਂ ਚੁਣਦਾ ਰਹਿੰਦਾ ਲੇਕਿਨ ਮੜੇ ਦਿਲ ਵਿੱਚ ਸੂਈ ਪੂਰੀ ਹੁੰਦੀ ਹੈ ਕਿ ਯਾਰਾ ਮੜੀ ਕੌਮ ਕੋ ਥਾ ਸੁਦੀ ਦੀ ਹੈ ਸਹੀ ਗੱਲ ਲਾਇਸ ਨਹੀਂ ਕੀਤੇ ਇਹ ਮੈਨੇ ਪੜਿਆ ਸੀ ਉਸਕੋ ਵੀ ਜਮਾ ਬੇਚ ਛੋੜ ਦੇਣਾ ਤੇ ਰਾਮਾ ਦਾ ਪੁੱਤਮੈਨ ਬੈਠੇ ਤੇ ਖੁਦ ਕੀਤੇ ਤੇ ਕੌਮੀ ਵਿੱਚ ਤੂੰ ਹੀ ਤਰਪ ਤੂੰ ਹੀ ਕਰ ਆਗਦੇ ਮੈਂ ਇਹਨਾਂ ਜੀ ਬੜਾ ਸ਼ੇਰ ਮੌਜੂਦ ਹੈ ਜ਼ਰਗੁਲ ਖਾਨ ਅਸੀਂ ਉਸਕੋ ਖਿਲਾਰ ਸਾਂ ਇਹ ਰਾਬ ਮਕਾਇਦ ਪੁੱਤਰ ਤੁਮ ਬੰਦ ਐਸਾ ਤੂੰ ਇਸ ਵਾਰੀ ਪਰ ਖਿਲਾਰ ਮੈਂ ਜ਼ਰੀ ਤੂੰ ਖਿਲਾਰ ਸਾਂ ਇਹ ਕੋ ਸੁਖਰ ਲਗ ਹਮ ਨਹੀਂ ਪੇਸ਼ ਹੈ ਜੇ ਕਰ ਦਿਓ ਔਰ ਦੋਸਤੋ ਕੋਲ ਕੁਛ ਛੱਪੀ ਦੀ ਨੋ ਸੀ ਇਹ ਵਾਸੀ ਉਹਨਾਂ ਉਹ ਸਿਆਸਤ ਨਾ ਕਰਨਾ ਚਾਹੁੰਦੇ ਕਿ ਤੁਸੀਂ ਵਿੱਚੋਂ ਇੱਕ ਆਦਮੀ ਅਗਰ ਕਰਕੇ ਟਾਊਟ ਕਰ ਸੁਣਾ ਜਿਹੜੀ ਸ਼ੇਅ ਸੀ ਆਪ ਸ਼ਰੀਕ ਹੋ ਸੋ ਆਪਣੇ ਦੋਨੋਂ ਕੋ ਆਪ ਕਰ ਸੋ ਆਪਣੇ ਪੈਰਾਂ ਦਾ ਖਲਸੋ ਸਿਰਫ ਤੁਸੀਂ ਰੁਕਾਵਟਾਂ ਮੈਂ ਦੂਰ ਕਰਾਂ ਔਰ ਜਿਹੜੀ ਕੌਮੀ ਲੈਵਲ ਦੀ ਰੁਕਾਵਟਾਂ ਹੋਈਆਂ ਉਹਨਾਂ ਅਪਰਾਧ ਦੂਰ ਕਰ ਸੀ ਤੁਸੀਂ ਇਨਸ਼ਾਅੱਲਾ ਸਿਰਫ ਉਹਦੀ ਕੌਮ ਨਹੀਂ ਅਸ ਦੀ ਕੌਮ ਵੀ ਜਾਏਗੀ ਦੀ ਹੈ ਇਨਸ਼ਾਅੱਲਾ ਔਰ ਅਸ ਦੀ ਕੌਮ ਸਿਰਫ ਇਹ ਸਵਾਤੀ ਵਗੈਰਾ ਨਹੀਂ ਜਿਹੜਾ ਆਦਮੀ ਅਗਰੋਰਾ ਵੀ ਬਸਤਾ ਹੈ ਬੜੀ ਕੌਮ ਹੈ ਖਾਓ ਗੁਜਰ ਹੈ ਕਿ ਸਵਾਤੀ ਹੈ ਕਿ ਸੈਦ ਹੈ ਕਿ ਕਾਦਰੀ ਹੈ ਕਿ ਅਫਗਾਨੀ ਹੈ ਉਹ ਆਖਦੇ ਜੀ ਅਸੀਂ ਪੈਸਿਆਂ ਦੇ ਵੋਟ ਖਰੀਦ ਸਾਂ ਇੱਥੇ ਇੱਥੇ ਇੱਕ ਤਹਿਸੀਲ ਨਾਲ ਕਿਨ ਸਾਂ ਤੇ ਮੈਂ ਵੀ ਆਖਦਾ ਨਾ ਠੇਕੇਦਾਰਾਂ ਕੋ ਪੁੱਤਰੋ ਇਹ ਇਲੈਕਸ਼ਨ ਗੁਜ਼ਰੇ ਤੇ ਤੁਸੀਂ ਪੁੱਤਰ ਲੱਗਦੇ ਮੈਂ ਵੀ ਤੁਸਾਂ ਕੋ ਦੇਖ ਸਾਰੇ ਗਾਰਡ ਕਰੇ ਛੱਡ ਦੇਣੀ ਤੇ ਹੋਰ ਲੰਮੀ ਗੱਲਾਂ ਨਾ ਕਰਦੇ ਮੁਸਤਕਬਲ ਜਿੱਤਿਆ ਸੀ ਆਖਸਾਂ ਕਿ ਅਸੀਂ ਇਹ ਕਰਸਾਂ ਉਹ ਕਰਸਾਂ ਲੇਕਰ ਨਾ ਸੀ ਜਿਹੜੇ ਉਮੀਦਵਾਰ ਆਂਦੇ ਮਾਜ਼ੀ ਕੋ ਵੀ ਜ਼ਰਾ ਦੇਖਤੇ ਕਰੋ ਕਿ ਆਇਆ ਮਾਜ਼ੀ ਕੀ ਨਾ ਕੀ ਕੀਤੇ ਜਿਸ ਤਰ੍ਹਾਂ ਅੱਲਾ ਦਾ ਫਜ਼ਲ ਹੈ ਵਜੂ ਜ਼ਮਾਨ ਖਾਨ ਦਾ ਪੂਰੀ ਸੂਬਾ ਸਰਦ ਚ ਨਾ ਹੈ ਫਿਰ ਅਗਰੋ ਸਟ੍ਰੇਟ ਫਾਰਵਰਡ ਆਦਮੀ ਮਾਜ਼ੀ ਕੋ ਦੇਖਤੇ ਕਰੋ ਕਿ ਵਾਦੇ ਯਾਨੀ ਜਿਨ੍ਹਾਂ ਕੀਤੇ ਨੇ ਆਇਆ ਉਹਨਾਂ ਪੂਰੀ ਕੀਤੇ ਨੇ ਮੈਂ 2002 ਵਿੱਚ ਸੂਬਾਈ ਅਸੈਂਬਲੀ ਕਿਵੇਂ ਕੀ ਨਾ ਬਣਾਉਂਦਾ ਲੇਕਿਨ ਮਸਲਾ ਇਹ ਸਾ ਕਿ ਉਹ ਸੂਬਾਈ ਹਕੂਮਤ ਨਾਲ ਜਿਸ ਵਕਤ ਮੈਂ ਰਾਬਤਾ ਕੀਤਾ ਹੋਣਾ ਹੈ ਅਸੀਂ ਐਫ ਸੀ ਇੱਥੋਂ ਨਾ ਅਟਾਕਣੇ ਇਹ ਆਪਰੇਸ਼ਨ ਕਰਨਾ ਮਰਕਜ਼ੀ ਹਕੂਮਤ ਤੱਕ ਆ ਉਹ ਸਾਰੇ ਐਲਾਨਾਤ ਦੇ ਬਾਵਜੂਦ ਕਿ ਕਾਲਾ ਡਾਕੇ ਅਸਤੇ ਮੈਂ 36 ਕਰੋੜ ਰੁਪਏ ਦਾ ਸਪੈਸ਼ਲ ਪੈਕੇਜ ਵੀ ਮਨਜ਼ੂਰ ਕੀਤਾ ਅਮੈਰੀਕਨ ਸਫੀਰ ਉਗੀ ਆਂਦੀ ਸੀ 85 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕੀਤਾ 38 ਕਰੋੜ ਦੀ ਬਿਜਲੀ ਮੈਂ ਮਨਜ਼ੂਰ ਕੀਤੀ ਹੈ ਜਿਹੜੇ ਹੁਣ 123 ਖੰਭੇ ਨਵਾਬਜ਼ਾਦੇ ਪੈ ਜੇ ਅਤੇ ਖੁਦਾ ਗਵਾਹ ਬੜੀ ਮਨਜ਼ੂਰ ਕਰਦਾ ਬਿਜਲੀ ਇਹ ਖੰਭੇ ਦਰਬਨ ਪੈਟਰੋਲ ਪੰਪ ਦੀ ਵੀ ਪੈ ਦਿਨ ਕਾਲਾ ਡਾਕਾ ਅਸਤੇ ਗੁਆਂਢੀ ਵੀ ਪੈ ਦਿਨ ਮਨਸੇਰੀ ਵੀ ਨੌ ਸ਼ਹਿਰੀ ਵੀ ਨੇ 38 ਕਰੋੜ ਦੀ ਬੜੀ ਮਨਜ਼ੂਰ ਕਰਦਾ ਲੇਕਿਨ ਲੋਕ ਖੁਸ਼ ਨਾ ਸਨ ਲੋਕਾਂ ਫਿਰ ਵੀ ਮੌਕਾ ਹੈ ਕਿ ਤੂੰ ਵਾਅਦਾ ਕੀਤੇ ਐਫ ਸੀ ਆਪਰੇਸ਼ਨ ਰੁਕਾਉਣਾ ਮੈਂ ਮਰਕਜ਼ੀ ਹਕੂਮਤ ਨਾਲ ਵਜੂ ਜ਼ਮਾਨ ਖਾਨ ਕਾਲਾ ਡਾਕੇ ਦਾ ਫਿਰ ਆਪਰੇਸ਼ਨ ਦੀ ਮਨਜ਼ੂਰੀ ਹੋ ਗਈ ਇਸੀ ਹਕੂਮਤ ਪਿੱਛੇ 3 ਇੰਚ ਹੈ ਤੇ ਅੱਗੇ 6 ਇੰਚ ਤੇ ਸ਼ੇਲੀਆ ਵਿੱਚ 2 ਬੋਰਡ ਲਾਏ ਦੇ ਨੇ ਸਾਗਠਾਰ ਵੀ ਲਾਏ ਦੇ ਕਿ ਗੈਸ ਦਾ ਅਫਤਤਾ ਹੋ ਗਿਆ ਤੇ ਸਲਾਉਦੀਨ ਨੇ ਵੀ ਕਰ ਛੋੜਿਆ ਅਫਤਤਾ ਹੋ ਗਿਆ ਉਹ ਮੈਂ ਹੈ ਔਰ ਬਦਬਖਤੋ ਇਸ ਸ਼ੇਲੀਆ ਵਿੱਚ ਤੇ ਪਹਿਲਾਂ ਤੁਸਾਂ ਉਹ ਪਿੱਛੇ ਸਿਲੰਡਰ ਰੱਖਿਆ ਸਾ ਕੈਪਟਨ ਸਾਹਿਬ ਦਾ ਤੇ ਅਗਰ ਤੀਲੀ ਬਾਲ ਕੇ
سوری کہ وسے نہ رہے زبردست رہا جی ہاں ہو گیا حالت ہے نا نسیم سے جناب چاہتا ہے کارونا نہیں ہاں 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 ہ